ਤ੍ਰਿਯ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹਿੱਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਭਾਰਤੀ ਚੋਣ ਕਮਿਸ਼ਨ ਨੇ ਲਾਈ ਐਗਜ਼ਿਟ ਪੋਲ ਤੇ پابੰਦੀ ਭਾਰਤੀ ਚੋਣ ਕਮਿਸ਼ਨ ਨੇ 10 ਫਰਵਰੀ 2022 ਤੋਂ 7 ਮਾਰਚ 2022 ਤੱਕ ਦੇਸ਼ ਭਰ ਦੇ ਵਿੱਚ ਐਗਜ਼ਿਟ ਪੋਲ ਤੇ ਪਾਬੰਦੀ ਲਾ ਦਿੱਤੀ ਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਡਾਕਟਰ ਐਸ ਕਰਨਾ ਰਾਜੂ ਨੇ ਦੱਸਿਆ ਕਿ ਲੋਕ ਪ੍ਰਤੀਨਿਧ ਕਾਨੂੰਨ 1951 ਦੀ ਧਾਰਾ 126ਏ ਦੇ ਅਨੁਸਾਰ ਮਿਤੀ 10 ਫਰਵਰੀ 2022 ਨੂ ਸਵੇਰੇ 7 ਤੋਂ ਲੈ ਕੇ ਮਿਤੀ 7 ਮਾਰਚ 2022 ਸ਼ਾਮ 6:30 ਵਜੇ ਤੱਕ ਕੋਈ ਵੀ ਐਗਜ਼ਿਟ ਪੋਲ ਨਹੀਂ ਕੀਤਾ ਜਾ ਸਕਦਾ। ਨਾ ਹੀ ਕੋਈ ਪ੍ਰਿੰਟ ਜਾਂ ਇਲੈਕਟ੍ਰੋਨਿਕ মিডিਆ ਜਾਂ ਕਿਸੇ ਹੋਰ ਵੀ ਸੰਚਾਰ ਸਾਧਨ ਉੱਪਰ ਐਗਜ਼ਿਟ ਪੋਲ ਦਿਖਾਇਆ ਜਾ ਸਕਦਾ ਹੈ। ਅਕਾਲੀ ਦਲ ਨੂੰ ਵੋਟਾਂ ਦੇਣ ਦੀ ਅਪੀਲ ਕਰਕੇ ਵਿਵਾਦਾਂ ਚੁਕਰੇ ਬਿਆਨਤ ਸਿੰਘ ਕਤਲकांड ਦੇ ਦੋਚੀ ਰਾਜੂ ਆਣਾ ਹੋਇਆ ਹੰਗਾਮਾ ਸਾਬਕਾ ਮੁੱਖ ਮੰਤਰੀ ਬਿਅੰਤ ਸਿੰਘ ਦੇ ਕਤਲ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਬਲਵੰਤ ਸਿੰਘ ਰਾਜੂਵਾਨਾ ਦੇ ਬਿਆਨ ਨੇ ਇੱਕ ਵਾਰ ਫਿਰ ਵਿਵਾਦ ਪੈਦਾ ਕਰ ਦਿੱਤਾ ਹੈ ਦੁੱਗਰੀ ਬਾਈਪਾਸ ਫਲਾਈਓਵਰ ਦੇ ਨੇੜੇ ਸਥਿਤ ਗੁਰਦੁਆਰਾ ਸਾਹਿਬ 'ਚ ਆਪਣੇ ਪਿਤਾ ਜੀ ਦੀ ਅੰਤਮ ਅਰਦਾਸ 'ਚ ਸ਼ਾਮਲ ਹੋਣ ਲਈ ਇੱਕ ਘੰਟੇ ਦੀ ਪੈਰੋਲ ਤੇ ਪੁੱਜੇ ਰਾਜੂਵਾਨਾ ਨੇ ਕਾਂਗਰਸ ਨੂੰ ਸਿੱਖਾਂ ਦਾ ਕਾਤਲ ਟੋਲਾ ਦੱਸਿਆ ਉਹਨਾਂ ਨੇ ਕਿਹਾ ਕਾਂਗਰਸ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਤੇ ਹਮਲਾ ਕਰਨ ਦਾ ਰਾਜ ਸਿੱਖਾਂ ਦੇ ਮੱਥੇ ਤੇ ਕਲੰਕ ਹੈ ਸਾਰੀ ਸਿੱਖ ਅਕਾਲੀ ਦਲ ਨੂੰ ਜੇਤੂ ਬਣਾਓ ਤੇ ਇਸ ਦੇ ਵਿੱਚ ਹੀ ਕੌਮ ਦਾ ਭਲਾ ਹੈ 40 ਸਾਲ ਪੁਰਾਣੀ ਸਾਬਕਾ ਮੁੱਖ ਮੰਤਰੀ ਬੀਅੰਤ ਸਿੰਘ ਦੀ ਕਾਰ ਚੂ ਕਾਗਜ਼ਪਰਨ ਪੂਜੇ ਕੈਬਨਟ ਮੰਤਰੀ ਗੁਰਕੀਰਤ ਕੋਟਲੀ ਪੰਜਾਬ ਦੇ ਕੈਬਨਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਖੰਨਾ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਕੋਟਲੀ ਨੇ ਆਪਣੇ ਦਾਦੇ ਮਰਹੂਮ ਮੁੱਖ ਮੰਤਰੀ ਬੀਅੰਤ ਸਿੰਘ ਦੀ ਅੰਬੈਸਟਰ ਕਾਰ ਦੇ ਵਿੱਚ ਨਾਮਜ਼ਦਗੀ ਕਰਨ ਲਈ ਪਰਿਵਾਰ ਸਮੇਤ ਪਹੁੰਚੇ ਇਸ ਕਾਰ ਦੀ ਵਰਤੋਂ ਹੱਤਵਾਦੀ ਸਮੇਂ ਬੀਨਤ ਸਿੰਘ ਵੱਲੋਂ ਕੀਤੀ ਜਾਂਦੀ ਸੀ ਸ਼ਹੀਦ ਦੀ ਮਗਰੋਂ ਬੀਨਤ ਸਿੰਘ ਨੇ ਇਸ ਕਾਰ ਨੂੰ ਪਰਿਵਾਰ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਜਦੋਂ ਵੀ ਕੋਈ ਪਰਿਵਾਰ ਦਾ ਮੈਂਬਰ ਚੋਣ ਲੜਦਾ ਤਾਂ ਨਾਮਜ਼ਦਗੀ ਇਸ ਕਾਰ ਦੇ ਵਿੱਚ ਕੀਤੀ ਜਾਂਦੀ ਹੈ ਕਿਉਂਕਿ ਪਰਿਵਾਰ ਇਸ ਕਾਰ ਨੂੰ ਆਪਣੇ ਲਈ ਲੱਕੀਮੰਦ ਮੰਨਦਾ ਹੈ ਮਜੀਠੀਆ ਨੇ ਨਵਜੋਤ ਸਿੱਧੂ ਨਾਲ ਕੱਢ ਲਿਆਂਦੀਆਂ ਆਪਣੀਆਂ ਪੁਰਾਣੀਆਂ ਤਸਵੀਰਾਂ ਕਹਿ ਦਿੱਤੀਆਂ ਵੱਡੀਆਂ ਗੱਲਾਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਾਨੀ ਕਿ ਪੰਜਾਬ ਅਸੈਂਬਲੀ ਇਲੈਕਸ਼ਨਸ ਨੂੰ ਲੈ ਕੇ ਸਿਆਸਤ ਗਰਮਾ ਚੁੱਕੀ ਆ ਵਿਕਰਮ ਮਜੀਠੀਆ ਇੱਕ ਵਾਰ ਫਿਰ ਨਵਜੋਤ ਸਿੱਧੂ ਨੂੰ ਆੜੇ ਹੱਥੀ ਲਿਆ ਉਹਨਾਂ ਨੇ ਸਿੱਧੂ ਦੇ ਨਾਲ ਆਪਣੀਆਂ ਪੁਰਾਣੀਆਂ ਤਸਵੀਰਾਂ ਦਿਖਾਉਂਦਿਆਂ ਤੰਜ ਕੱਸਦਿਆਂ ਕਿਹਾ ਕਿ ਉਹ ਸਿੱਧੂ ਨੂੰ ਹਸਣਾ ਸਿਖਾਉਣਗੇ ਨਾਲ ਹੀ ਇਹ ਗੱਲ ਸਪਸ਼ਟ ਕੀਤੀ ਕਿ ਮਜੀਠਾ ਹਲਕੇ ਤੋਂ ਉਹਨਾਂ ਦੀ ਪਤਨੀ ਗਨੀਮ ਕੌਰ ਚੋਣ ਲੜਨਗੇ ਸੂਬੇ ਤੋਂ ਪੂਰੇ ਸੂਬੇ ਤੋਂ ਇਲਾਵਾ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਪੰਜਾਬੀਆਂ ਦੀਆਂ ਨਜ਼ਰਾਂ ਇਸ ਸੀਟ ਦੇ ਉੱਪਰ ਲੱਗੀਆਂ ਨੇ ਕਿਉਂਕਿ ਇਹ ਸੀਟ ਪੰਜਾਬ ਦੀ ਸਿਆਸਤ ਦੇ ਦੋ ਦਿੱਕਜ ਆਮੋ ਸਾਹਮਣੇ ਹਨ ਇਸ ਸੀਟ ਤੇ ਕਰਕੇ ਹੀ ਚਰਚਿਤ ਬਣੀ ਹੋਈ ਆ ਕਿਉਂਕਿ ਇਸ ਸੀਟ ਦੇ ਨਾਲ ਦੋਵਾਂ ਆਗੂਆਂ ਦਾ ਸਿਆਸੀ ਜੀਵਨ ਵੀ ਟਿਕਿਆ ਹੋਇਆ ਹੈ ਇਸ ਦੇ ਚੱਲਦੇ ਹੀ ਦੋਵਾਂ ਆਗੂਆਂ ਵੱਲੋਂ ਸੀਟ ਤੇ ਜਿੱਤ ਹਾਸਲ ਕਰਨ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਗਿਆ ਹੈ ਪਰ ਦੋਸਤੋ ਤੁਹਾਡੇ ਕੀ ਵਿਚਾਰ ਨੇ ਤੁਹਾਡੇ ਅਕੋਰਡਿੰਗ ਕਿਹੜੀ ਪਾਰਟੀ ਆਪਣੀ ਸੱਤਾ ਕਾਇਮ ਕਰੇਗੀ ਪੰਜਾਬ ਦੀਆਂ 2022 ਦੀਆਂ ਚੋਣਾਂ ਦੇ ਵਿੱਚ ਚੋਣਾਂ ਦੇ ਵਿੱਚ ਉਸ ਪਾਰਟੀ ਦਾ ਨਾਮ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ ਸੁਖਬੀਰ ਬਾਦਲ ਦੇ ਪੋਸਟਰ 파ੜਨ ਤੇ ਪੜ ਕੇ ਟਰੱਕ ਚਾਲਕ ਵਿਰੋਧੀਆਂ ਨੂੰ ਦਿੱਤਾ ਮੂੰਹ ਤੋੜ ਜਵਾਬ ਪਰ ਉਸ ਤੋਂ ਪਹਿਲਾਂ ਦੋਸਤੋ ਨਿੱਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਦ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਪੰਜਾਬ ਦੇ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਕਾਫੀ ਗਰਮ ਹੈ ਇੱਕ ਪਾਸੇ ਰਾਜਨੀਤਿਕ ਪਾਰਟੀਆਂ ਵੱਲੋਂ ਜ਼ੋਰਦਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਹੀ ਕਈ ਵਾਰ ਵਿਰੋਧੀ ਪਾਰਟੀਆਂ ਵੱਲੋਂ ਨਫ਼ਰਤ ਭਰੀ ਹਰਕਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਸੋ ਇਹੋ ਜਿਹਾ ਹੀ ਹੋਇਆ ਕੁਝ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਪੋਸਟਰਾਂ ਨਾਲ ਦੱਸਣਯੋਗ ਹੈ ਕਿ ਸੂਬੇ ਦੇ ਟਰੱਕ ਚਾਲਕਾਂ ਵੱਲੋਂ ਆਪਣੀ ਪੰਥਕ ਪਾਰਟੀ ਦੇ ਪ੍ਰਧਾਨ ਨੂੰ ਟਰੱਕਾਂ ਉੱਤੇ ਵਿਸ਼ਾਲ ਪੋਸਟਰ ਲਾ ਕੇ ਸਮਰਥਨ ਦਿੱਤਾ ਜਾਂਦਾ ਸੀ ਪਰ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਟਰੱਕਾਂ ਤੋਂ ਇਹਨਾਂ ਪੋਸਟਰਾਂ ਨੂੰ ਪਾੜ ਦਿੱਤਾ ਗਿਆ ਜਿਨ੍ਹਾਂ ਦੇ ਉੱਪਰ ਸੁਖਬੀਰ ਬਾਦਲ ਦੀ ਜਿਹੜੀ ਫੋਟੋਸ਼ੱਪੀ ਹੋਈ ਸੀ ਜਿਸ ਤੋਂ ਬਾਅਦ ਕੁਝ ਟਰੱਕ ਚਾਲਕਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਚੜ ਗਿਆ ਉਹਨਾਂ ਦੇ ਵਿੱਚੋਂ ਇੱਕ ਟਰੱਕ ਚਾਲਕ ਨੇ ਕੈਮਰੇ ਨੂੰ ਕਰਿਆ ਆ ਕੇ ਪੋਸਟਰ ਪਾੜਨ ਵਾਲੇ ਵਿਅਕਤੀ ਨੂੰ ਰੱਜ ਕੇ ਲਾਹਨਤਾਂ ਪਾਈਆਂ ਇੱਕ ਸੀਟ ਤੋਂ ਕਾਂਗਰਸ ਦੇ ਦੋ ਉਮੀਦਵਾਰ ਪਹੁੰਚੇ ਪਰਚੇ ਭਰਨ ਕਿਹੜਾ ਅਸਲੀ ਕਿਹੜਾ ਨਕਲੀ ਲੋਕ ਹੈਰਾਨ ਆਦਮਪੁਰ ਸੀਟ ਤੋਂ ਕਾਂਗਰਸ ਦੇ ਦੋ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ ਲੋਕ ਹੈਰਾਨ ਨੇ ਕਿ ਅਸਲੀ ਕਿਹੜਾ ਤੇ ਨਕਲੀ ਕਿਹੜਾ ਅੱਜ ਮਹਿੰਦਰ ਸਿੰਘ ਕੇਪੀ ਤੇ ਸੁਖਵਿੰਦਰ ਸਿੰਘ ਕੋਟਲੀ ਕਾਂਗਰਸ ਉਮੀਦਵਾਰ ਵੱਜੋਂ ਨਾਮਜ਼ਦਗੀ ਪੱਤਰ ਪਹੁੰਚੇ ਹਨ ਸਵੇਰੇ ਮਹਿੰਦਰ ਸਿੰਘ ਕੇਪੀ ਨੇ ਦਾਵਾ ਕੀਤਾ ਕਿ ਕਾਂਗਰਸ ਨੇ ਉਹਨਾਂ ਨੂੰ ਟਿਕਟ ਦਿੱਤੀ ਹੈ ਮੀਡੀਆ ਵਿੱਚ ਚਰਚਾ ਰਹੀ ਕਿ ਕਾਂਗਰਸ ਨੇ ਟਿਕਟ ਕੱਟ ਕੇ ਮਹਿੰਦਰ ਸਿੰਘ ਕੇਪੀ ਨੂੰ ਦੇ ਦਿੱਤੀ ਪਰ ਹੌਲਾਤ ਉਸ ਵੇਲੇ ਅਜੀਬ ਬਣ ਗਏ ਜਦੋਂ ਮਹਿੰਦਰ ਸਿੰਘ ਕੇਪੀ ਤੇ ਸੁਖਵਿੰਦਰ ਸਿੰਘ ਕੋਟਲੀ ਕਾਂਗਰਸ ਵੱਜੋਂ ਉਮੀਦਵਾਰ ਵੱਜੋਂ ਆਪਣਾ ਨਾਮਜ਼ਦਗੀ ਪੱਤਰ ਭਰਨ ਪਹੁੰਚ ਗਿਆ ਆਖਰ ਡਰਾਮਾ ਉਦੋਂ ਖਤਮ ਹੋਇਆ ਜਦੋਂ ਪਾਰਟੀ ਦੀ ਟਿਕਟ ਪਾਰਟੀ ਦਾ ਟਿਕਟ ਨਾ ਹੋਣ ਦੇ ਕਾਰਨ ਮਹਿੰਦਰ ਸਿੰਘ ਕੇਪੀ ਨੂੰ ਬਗੈਰ ਕਾਗਜ਼ਪਰੇ ਵਾਪਸ ਮੁੜਨਾ ਪਿਆ ਦਿੱਲੀ ਚੂ ਲੜਕੀ ਦੇ ਨਾਲ ਜ਼ਬਰਜਨਾਹ ਦਾ ਮਾਮਲਾ ਕੇਜਰੀਵਾਲ ਨੇ ਆਰਥਿਕ ਮਦਦ ਦੇਣ ਦਾ ਕੀਤਾ ਐਲਾਨ ਦਿੱਲੀ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਨੇ ਕਸਤੂਰ ਕਸਤੂਰਬਾ ਨਗਰਾ ਸਥਿਤ ਔਰਤ ਦੇ ਨਾਲ ਬਲਾਤਕਾਰ ਦੀ ਸ਼ਿਕਾਰ 20 ਸਾਲਾ ਔਰਤ ਨੂੰ 10 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਸੀਐਮ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਫਾਸਟ ਟਰੈਕ ਕੋਰਟ ਦੇ ਵਿੱਚ ਉਹਨਾਂ ਦੀ ਨੁਮਾਇੰਦਗੀ ਕਰਨ ਲਈ ਇੱਕ ਸਮਰਾਤ ਵਕੀਲ ਨਿਯੁਕਤ ਕਰੇਗੀ ਉਹਨਾਂ ਨੇ ਕਿਹਾ ਮੈਂ ਇਸ ਧੀ ਦੀ ਮਦਦ ਲਈ 10 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕਰਦਾ ਤੇ ਦਿੱਲੀ ਸਰਕਾਰ ਇਸ ਨੂੰ ਨਿਆਂ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ 100 ਸਾਲਾਂ ਦੀ ਭਿਆਨਕ ਮਹਾਮਾਰੀ ਦੇ ਦੌਰਾਨ ਵਿਕਾਸ ਦਾ ਨਵਾਂ ਵਿਸ਼ਵਾਸ ਲੈ ਕੇ ਆਇਆ ਹੈ ਆਮ ਬਜਟ ਪੀਐਮ ਮੋਦੀ ਨੇ ਵੱਡਾ ਬਿਆਨ ਦਿੱਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿੱਤ ਮੰਤਰੀ ਨਰਮਲਾ ਸੀਤਾ ਰਮਨ ਦੇ 2022 ਦੇ ਬਜਟ ਨੂੰ ਲੋਕਪੱਖੀ ਅਤੇ ਆਮ ਲੋਕਾਂ ਦੀਆਂ ਉਮੀਦਾਂ ਦੇ ਮੁਤਾਬਕ ਦੱਸਿਆ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰੀ ਬਜਟ ਨੇ ਨਵਾਂ ਵਿਸ਼ਵਾਸ ਲੈ ਕੇ ਆਇਆ ਇਹ ਬਜਟ ਲਈ ਨਰਮਲਾ ਸੀਤਾ ਰਮਨ ਅਤੇ ਉਨ੍ਹਾਂ ਦੀ ਟੀਮ ਵਧਾਈ ਦੀ ਹੱਕਦਾਰ ਹੈ ਸੰਸਦ ਮੈਂਬਰ ਡਿੰਪਾ ਦੇ ਭਰਾ ਰਾਜਨ ਨੇ ਖੰਡੂਰ ਸਾਹਿਬ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਟਿਕਟ ਬਦਲੀ ਹੋਣ ਦਾ ਕੀਤਾ ਦਾਅਵਾ ਜਸਪੀਰ ਸਿੰਘ ਡਿੰਪਾ ਗਿੱਲ ਮੈਂਬਰ ਪਾਰਲੀਮੈਂਟ ਦੇ ਭਰਾ ਹਰਪਿੰਦਰ ਸਿੰਘ ਰਾਜਨ ਗਿੱਲ ਨੇ ਅੱਜ ਵਿਧਾਨ ਸਭਾ ਹਲਕਾ ਖੰਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਟਰਨਿੰਗ ਅਫਸਰ ਦੀਪਕ ਪਾਟਿਆ ਦੇ ਕੋਲੇ ਸਬਡਿਵੀਜ਼ਨ ਦਫ਼ਤਰ ਖੰਡੂਰ ਸਾਹਿਬ ਵਿੱਚ ਦਾਖਲ ਕਰਵਾ ਦਿੱਤੇ ਹਨ ਜ਼ਿਕਰਯੋਗ ਹੈ ਕਿ ਖੰਡੂਰ ਸਾਹਿਬ ਹਲਕੇ ਤੋਂ ਕਾਂਗਰਸ ਪਾਰਟੀ ਨੇ ਰਮਨਜੀਤ ਸਿੰਘ ਸਹੋਤਾ ਸਿੱਕੀ ਨੂੰ ਉਮੀਦਵਾਰ ਐਲਾਨਿਆ ਹੋਇਆ ਹੈ ਲੁਧਿਆਣਾ ਚੋਂ 10ਵੀਂ ਅਤੇ 12ਵੀਂ ਦੇ ਨਵੇਂ ਹੋਣਗੇ ਪ੍ਰੀ ਬੋਰਡ ਆਫਲਾਈਨ ਐਗਜ਼ਾਮ ਪ੍ਰਸ਼ਾਸਨ ਨੇ ਮਨਜ਼ੂਰੀ ਦੇਣ ਤੋਂ ਕੀਤਾ ਇਨਕਾਰ ਸ਼ਹਿਰ ਦੇ ਵਿੱਚ ਚੱਲ ਰਹੇ ਕੋਵਿਡ ਦੇ ਮਾਮਲੇ ਨੂੰ ਲੈ ਕੇ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ ਜ਼ਿਲ੍ਹੇ ਦੇ ਵਿੱਚ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀ ਬੋਰਡ ਆਫਲਾਈਨ ਪ੍ਰੀਖਿਆਵਾਂ ਨਹੀਂ ਹੋਣਗੀਆਂ ਸੈਂਟਰਲ ਆਫ ਸਕੈਂਡਰੀ ਐਜੂਕੇਸ਼ਨ ਦੇ ਵੱਲੋਂ ਲੁਧਿਆਣਾ ਚੋਂ ਬਣਾਏ ਗਏ ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ ਨੇ ਡਿਪਟੀ ਕਮਿਸ਼ਨਰ ਵਿਰੇਂਦਰ ਸ਼ਰਮਾ ਨੂੰ ਪੱਤਰ ਲਿਖ ਕੇ ਬੋਰਡ ਦੀਆਂ ਕਲਾਸਾਂ ਦੀਆਂ ਪ੍ਰੀ ਬੋਰਡ ਪ੍ਰੀਖਿਆਵਾਂ ਆਫਲਾਈਨ ਮੋਡ ਚ ਕਰਵਾਉਣ ਦੀ ਇਜਾਜ਼ਤ ਮੰਗੀ ਸੀ ਪਰ ਇਹ ਨਾ ਮਿਲ ਗਈ ਹੈ ਹਲਕਾ ਅੰਮ੍ਰਿਤਸਰ ਪੂਰਬੀ ਦੇ ਲੋਕ ਨਵਜੋਤ ਸਿੱਧੂ ਦੇ ਖਿਲਾਫ ਅੰਮ੍ਰਿਤਸਰ ਦਾ ਹਲਕਾ ਪੂਰਬੀ ਇੱਕ ਹੌਟ ਸੀਟ ਹੈ ਜਿੱਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਨਵਜੋਤ ਸਿੱਧੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਕਰਮ ਸਿੰਘ ਮਜੀਠੀਆ ਵਿਚਾਲੇ ਕਾਂਟੇ ਦੀ ਟੱਕਰ ਹੈ ਇਸ ਹਲਕੇ ਦੇ ਲੋਕਾਂ ਵੱਲੋਂ ਨਵਜੋਤ ਸਿੱਧੂ ਦੇ ਖਿਲਾਫ ਹੋ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਸਿੱਧੂ ਵੱਲੋਂ ਹਲਕੇ ਦਾ ਬਿਲਕੁਲ ਵੀ ਵਿਕਾਸ ਨਹੀਂ ਕਰਵਾਇਆ ਗਿਆ ਲੁਧਿਆਣਾ ਦੇ ਦਿਹਾੜੀਦਾਰ ਦੇ ਨਿਕਲੀ 1 ਕਰੋੜ 20 ਲੱਖ ਰੁਪਏ ਦੀ ਲਾਟਰੀ ਸੋ ਲੁਧਿਆਣਾ ਦਾ ਰਹਿਣ ਵਾਲਾ ਅੰਗਦ ਸਿੰਘ ਕਪੜੇ ਦੀ ਦੁਕਾਨ ਤੇ ਕੰਮ ਕਰਦਾ ਤੇ ਸ਼ਹਿਰ ਵਿੱਚ ਫੇਰੀ ਲਾਗ ਗਿਆ ਆਪਣਾ ਘਰ ਚਲਾਉਂਦਾ ਅੰਗਦ ਦੇ ਘਰ ਵਿੱਚ ਉਸਦੀ ਪਤਨੀ ਅਤੇ ਤਿੰਨ ਬੇਟੀਆਂ ਨੇ ਉਹ ਕੁਝ ਵੱਡਾ ਕਰਨ ਦੀ ਝਾਕ ਵਿੱਚ ਪਿਛਲੇ 14 ਸਾਲਾਂ ਤੋਂ ਟਿਕਟ ਖਰੀਦ ਕੇ ਆਪਣੀ ਕਿਸਮਤ ਅਜ਼ਮਾ ਰਿਆ ਪਰ ਇਸ ਵਾਰ 29 ਜਨਵਰੀ ਨੂੰ ਹੋਏ ਡਰਾਅ ਦੇ ਵਿੱਚ ਕਿਸਮਤ ਨੇ ਅੰਗਦ ਦਾ ਸਾਥ ਦਿੱਤਾ ਤੇ ਉਸ ਦੀ ਲਾਟਰੀ 1 ਕਰੋੜ 20 ਲੱਖ ਦੀ ਉਸ ਦੇ ਹੱਥ ਲੱਗ ਗਈ ਹੈ ਸਾਡੀ ਸਭ ਤੋਂ ਵੱਡੀ ਗਲਤੀ ਹੈ ਕਿ ਸਾਡੇ ਰਾਜ ਦੇ ਵਿੱਚ ਵਿਦਵੀ ਹੋਈ ਸੁਖਬੀਰ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਵੱਲੋਂ ਕੀ ਚੁੱਕੇ ਜਾ ਰਹੇ ਮੁੱਦਿਆਂ ਸੰਬੰਧੀ ਸਵਾਲਾਂ ਦੇ ਜਵਾਬ ਅਤੇ ਪੰਜਾਬ ਦੀ ਸਿਆਸਤ ਦਾ ਹਾਲ ਜਾਣਨ ਦੇ ਲਈ ਸਿਆਸੀ ਦਰਬਾਰ ਦਾ ਉਪਰਾਲਾ ਕੀਤਾ ਗਿਆ ਜਿਸ ਦੇ ਤਹਿਤ ਵਕ ਵਕ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਸੋ ਦੋਸਤੋ ਹੁਣ ਸੁਖਬੀਰ ਬਾਦਲ ਹੋਰਾਂ ਨੇ ਗੱਲਬਾਤ ਦੌਰਾਨ ਵੱਡਾ ਦਾਵਾ ਕੀਤਾ ਹੈ ਉਹਨਾਂ ਨੇ ਕਿਹਾ ਜੀ ਸਾਡੇ ਰਾਜ ਦੇ ਵਿੱਚ ਹੋਈ ਵਿਅਦਬੀ ਇਹ ਸਾਡੀ ਸਭ ਤੋਂ ਵੱਡੀ ਗਲਤੀ ਹੈ ਉਹਨਾਂ ਨੇ ਕਿਹਾ ਜੀ ਗੁਟਕਾ ਸੌਬ ਗੁਟਕਾ ਸਾਹਿਬ ਦੀ ਸੌ ਅਤੇ ਵਿਅਦਬੀ ਦਾ ਗਲਤ ਇਲਜ਼ਾਮਾਂ ਦੇ ਬਾਵਜੂਦ ਸਿਰਫ ਥੋੜਾ ਜਿਹਾ ਫਰਕ ਰਹਿ ਗਿਆ ਉਹਨਾਂ ਨੇ ਕਿਹਾ ਜੀ 30 ਸੀਟਾਂ ਤੇ ਅਸੀਂ 8000 ਤੋਂ 1500 ਤੋਂ 20 ਘੱਟ ਵੋਟਾਂ ਦੇ ਫਰਕ ਨਾਲ ਹਾਰੇ ਹਾਂ ਉਹ ਹਾਲਾਤ ਹੋਰ ਸੀ ਤੁਸੀਂ ਦੇਖੋ ਆਮ ਆਦਮੀ ਪਾਰਟੀ ਜਿਹੜੀ 21% ਤੇ ਸੀ ਉਹ ਸੰਸਦ ਵਿੱਚ 6% ਤੇ ਰਹਿ ਗਈ ਆ ਕਾਂਗਰਸ ਵੀ ਘਟ ਗਈ ਅਸੀਂ ਬਰਾਬਰ ਹੋਏ ਆ ਕਾਂਗਰਸ ਨੇ ਕੀਤਾ ਵੋਟਰ ਲਿਸਟ ਦੇ ਵਿੱਚ ਫਰਜੀ ਵੜਾ ਆਮ ਆਦਮੀ ਪਾਰਟੀ ਹਾਰ ਦੇ ਡਰ ਕਾਰਨ ਕਾਂਗਰਸ ਸਰਕਾਰੀ ਤੰਤਰ ਦੀ ਦੁਰਵਰਤੋਂ ਕਰ ਰਹੀ ਆ ਜਰਨੈਲ ਸਿੰਘ ਨੇ ਦਿੱਤਾ ਵੱਡਾ ਬਿਆਨ ਲੁਧਿਆਣਾ ਵਿੱਚ 24000 ਤੋਂ ਵੱਧ ਜਾਲੀ ਵੋਟਾਂ ਇੱਕ ਵੋਟਰ ਦੇ ਕਈ ਥਾਵਾਂ ਤੇ ਨਾ ਮੰਗਲਵਾਰ ਨੂੰ ਪੰਜਾਬ ਇਨਚਾਰਜ ਜਰਨੈਲ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਮੰਤਰੀ ਭਾਰਤਪੂਸ਼ਨ ਆਸ਼ੂ ਦੇ ਲੁਧਿਆਣਾ ਪੱਛਮੀ ਹਲਕੇ ਵਿੱਚ 24000 ਤੋਂ ਵੱਧ ਝਾਲੀ ਵੋਟਰ ਤਿਆਰ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਲੋਕਾਂ ਦਾ ਮੂਡ ਦੇਖ ਕੇ ਬਖਲਾ ਗਈ ਹੈ ਤੇ ਹਾਰ ਦੇ ਡਰੋਂ ਕਾਂਗਰਸੀ ਆਗੂ ਆਪਣੀ ਮਰਜ਼ੀ ਦੇ ਨਾਲ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਝਾਲੀ ਵੋਟਰਾਂ ਤਾਂ ਰਾਹੀਂ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ ਇਸ ਦੌਰਾਨ ਪਾਰਟੀ ਦੇ ਬੁਲਾਰੇ ਮਾਲਵਿੰਦਰ ਕਾਂਗਣ ਨੇ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗੁੱਗੀ ਵੀ ਮੌਜੂਦ ਸਨ ਪੰਜਾਬ ਫੇਰੀ ਤੇ ਆਉਣਗੇ ਪ੍ਰਧਾਨ ਮੰਤਰੀ ਮੋਦੀ 7-8 ਫਰਵਰੀ ਨੂੰ ਹੋਵੇਗੀ ਚੋਣ ਰੈਲੀ ਸੋ ਪੰਜਾਬ ਦਾ ਦੌਰਾ ਕਰਨਗੇ ਹਾਲਾਂਕਿ ਰੈਲੀ ਦਾ ਸਥਾਨ ਅਜੇ ਤੈਅ ਨਹੀਂ ਹੋਇਆ ਉਮੀਦ ਹੈ ਕਿ ਪ੍ਰਧਾਨ ਮੰਤਰੀ ਦੇ ਆਉਣ ਤੱਕ ਚੋਣ ਕਮਿਸ਼ਨ ਵੱਲੋਂ ਰੈਲੀਆਂ ਜੁਟੇਲ ਦਿੱਤੀ ਜਾ ਸਕਦੀ ਹੈ ਇਹ ਗੱਲ ਸਾਬਕਾ ਮੁੱਖ ਮੰਤਰੀ ਪੰਜਾਬ ਲੋਕ ਕਾਂਗਰਸ ਕੈਪਟਨ અમરਿੰਦਰ ਸਿੰਘ ਨੇ ਅੱਜ ਪਟਿਆਲਾ ਜੋ ਕਈ ਪ੍ਰਧਾਨ ਮੰਤਰੀ ਮੋਤੀ ਨਾਲ ગ્રામ ਮੰਤਰੀ ਅਮਿਤ ਸ਼ਾਹ ਵੀ ਆ ਸਕਦੇ ਨੇ ਪਰ ਇਸ ਗੱਲ ਦੀ ਹਾਲੇ ਪੁਸ਼ਟੀ ਨਹੀਂ ਹੋਈ ਅਸਤੀਫੇ ਦੇ ਮੱਦੇਨਜ਼ਰੋਂ ਅਮਰਜੀਤ ਟਿੱਕਾ ਦੇ ਕਾਂਗਰਸ ਤੇ ਵੱਡੇ ਇਲਜ਼ਾਮ ਕਿਹਾ 20-20 ਕਰੋੜ ਦੇ ਵਿੱਚ ਵਿਕੀਆਂ ਟਿਕਟਾਂ ਸੀਨੀਅਰ ਕਾਂਗਰਸੀ ਆਗੂ ਅਮਰਜੀਤ ਸਿੰਘ ਟਿੱਕਾ ਨੇ ਕਾਂਗਰਸ ਤੋਂ ਅਸਤੀਫੇ ਪਿਛੋਂ ਪਾਰਟੀ ਦੇ ਕਈ ਵੱਡੇ ਦੋਸ਼ ਲਾਇਆ ਹਨ ਉਹਨਾਂ ਨੇ ਕਿਹਾ ਕਿ ਲੁਧਿਆਣਾ ਦੇ ਸਾਊਥ ਹਲਕੇ ਤੋਂ ਟਿਕਟ ਦੀ ਮੰਗ ਕੀਤੀ ਪਰ ਉਹ ਪਾਰਟੀ ਨੇ ਉਹਨਾਂ ਨੂੰ ਟਿਕਟ ਕੱਢ ਦਿੱਤੀ ਕਿਉਂਕਿ ਪ੍ਰੰਕਲ ગાંધી ਦੇ ਚੋਣ ਪ੍ਰਚਾਰ ਲਈ ਕਿਰਾਏ ਤੇ ਹੈਲੀਕਾਪਟਰ ਮੰਗਿਆ ਸੀ ਇਸ ਤੋਂ ਲਾਭ ਉਹਨਾਂ ਨੇ ਦੋਸ਼ ਲਾਇਆ ਕਿ ਟਿਕਟ 20-20 ਕਰੋੜ ਰੁਪਏ ਦੇ ਵਿੱਚ ਵੇਚੀਆਂ ਗਈਆਂ ਨੇ ਜੋ ਕਿ ਪੈਸੇ ਦੀ ਵਰਤੋਂ ਪਾਰਟੀ ਦੀ ਉੱਤਰ ਪ੍ਰਦੇਸ਼ ਚੋਣ ਪ੍ਰਚਾਰ ਦੇ ਲਈ ਕੀਤੀ ਜਾ ਸਕੇ ਤੇ ਭਾਜਪਾ ਦੀ ਯੂਪੀ ਸਰਕਾਰ ਨੂੰ ਮੁਕਾਬਲਾ ਦਿੱਤਾ ਜਾ ਸਕੇ ਦਾਮਨ ਥਿੰਦ ਬਾਜਵਾ ਕਾਂਗਰਸ ਤੋਂ ਹੋਈ ਬਾਗੀ ਸੁਨਾਮ ਤੋਂ ਆਜ਼ਾਦ ਉਮੀਦਵਾਰ ਵੱਜੋਂ ਨਾਮਜ਼ਦਗੀ ਪੱਤਰ ਕੀਤਾ ਦਾਖਲ ਟਿਕਟ ਨਾ ਮਿਲਣ ਤੋਂ ਨਾਰਾਜ਼ ਚੱਲ ਰਹੀ ਕਾਂਗਰਸ ਪਾਰਟੀ ਦੀ ਸੁਨਾਮ ਤੋਂ ਹਲਕਾ ਇੰਜਾਰਜ ਦਾਮਨ ਥਿੰਦ ਬਾਜਵਾ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਤੋਂ ਅੱਜ ਆਜ਼ਾਦ ਉਮੀਦਵਾਰ ਵੱਜੋਂ ਆਪਣੇ ਨਾਮਜ਼ਦਗੀ ਪੱਤਰ ਵਿਧਾਨ ਸਭਾ ਹਲਕਾ ਸੁਨਾਮ 101 ਦੇ ਸਹਾਇਕ ਚੋਣ ਕਾਰ ਅਫਸਰ ਤਹਿਸੀਲਦਾਰ ਸੁਨਾਮ ਕੁਲਦੀਪ ਸਿੰਘ ਕੋਲੇ ਦਾਖਲ ਕੀਤੇ ਗਏ ਹਨ ਬਜਟ ਤੋਂ ਕਿਸਾਨਾਂ ਦੀ ਆਮਦਨ ਦੁੱਗਣਾ ਕਰੇਗੀ ਪ੍ਰਧਾਨ ਮੰਤਰੀ ਮੋਦੀ ਬਜਟ ਪੇਸ਼ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਹੈ ਕਿ 2.25 ਲੱਖ ਕਰੋੜ ਰੁਪਏ ਤੋਂ ਵੱਧ ਦੀ ਐਮਐਸਪੀ ਦੀ ਘੋਸ਼ਣਾ ਸਿੱਧੇ ਕਿਸਾਨਾਂ ਨੂੰ ਟ੍ਰਾਂਸਫਰ ਕੀਤੀ ਜਾਵੇਗੀ ਉਹਨਾਂ ਦਾ ਕਹਿਣਾ ਹੈ ਕਿ ਬਜਟ ਕਿਸਾਨੀ ਦੀ ਆਮਦਨ ਨੂੰ ਦੁੱਗਣੀ ਕਰੇਗਾ ਉਹਨਾਂ ਇਸ ਮੌਕੇ ਕਹਿਣਾ ਹੈ ਕਿ ਮੈਂ ਲੋਕਪੱਖੀ ਅਤੇ ਪ੍ਰਗਤੀਸ਼ੀਲ ਬਜਟ ਲਈ ਵਿੱਤ ਮੰਤਰੀ ਨੂੰ ਵਧਾਈ ਦਿੰਦਾ ਹਾਂ ਢੱਲੋ ਨਾਲ ਕੋਈ ਕਾਂਗਰਸੀ ਵਰਕਰ ਚੱਲਣ ਲਈ ਤਿਆਰ ਨਹੀਂ ਸ਼ਰਮਾ ਡੇਰਾਬਸੀ ਦੇ ਨਾਲ ਲੱਗਦੇ ਪਿੰਡ ਮੁਬਾਰਕਪੁਰ ਮੀਰਪੁਰ ਚੂ ਕਾਂਗਰਸ ਪਾਰਟੀ ਨੂੰ ਤੋਂ ਵੱਡਾ ਚੜਕਾ ਲੱਗਾ ਜਦੋਂ ਇਸ ਪਿੰਡ ਦੇ ਸਭ ਤੋਂ ਪੁਰਾਣੇ ਕਾਂਗਰਸੀ ਪਰਿਵਾਰ ਦੇ ਮੈਂਬਰ ਸੰਜੀਵ ਕੁਮਾਰ ਬੋਬੀ ਆਪਨੇ ਸੈਂਕੜੇ ਸਾਥੀਆਂ ਦੇ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਇਸ ਮੌਕੇ ਸੰਜੀਵ ਕੁਮਾਰ ਬੋਬੀ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਅੱਜ ਤੱਕ ਕਾਂਗਰਸ ਪਾਰਟੀ ਤੋਂ ਬਿਨਾਂ ਕਿਸੇ ਹੋਰ ਪਾਰਟੀ ਦਾ ਸਾਥ ਨਹੀਂ ਦਿੱਤਾ ਪਰ ਅੱਜ ਬੜੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਕਿ ਕਾਂਗਰਸ ਪਾਰਟੀ ਜੇ ਕਿਸੇ ਵਰਕਰ ਦੀ 5 ਪੈਸੇ ਦੀ ਵੀ ਇੱਜ਼ਤ ਨਹੀਂ ਹੈ ਕਾਂਗਰਸ ਪਾਰਟੀ ਜਿਹੜਾ ਵਰਕਰਾਂ ਦਾ ਸ਼ੋਸ਼ਣ ਕਰਦੀ ਹੈ ਦੀਦਾਰ ਸਿੰਘ ਪੱਟੀ ਫਤੇਗੜ ਸਾਹਿਬ ਤੋਂ ਲਾ-ਮਿਸਾਲ ਜਿੱਤ ਦਰਜ ਕਰਨਗੇ ਮਨਜਿੰਦਰ ਸਿੰਘ सिरसा ਨੇ ਵੱਡਾ ਬਿਆਨ ਦਿੱਤਾ ਭਾਜਪਾ ਦੇ ਸੇਖ ਆਗੂ ਮਨਜਿੰਦਰ सिरसा ਨੇ ਕਿਹਾ ਕਿ ਭਾਜਪਾ ਦੇ ਉਮੀਦਵਾਰਾਂ ਚੋਂ ਦੀਦਾਰ ਪੱਟੀ ਫਤੇਗੜ ਸਾਹਿਬ ਹਲਕੇ ਤੋਂ ਲਾ-ਮਿਸਾਲ ਜਿੱਤ ਪ੍ਰਾਪਤ ਕਰਨਗੇ सिरसा ਦੇ ਫਤੇਗੜ ਸਾਹਿਬ ਵਿੱਚ ਉਹਨਾਂ ਦੇ ਹੱਕ ਚ ਪ੍ਰਚਾਰ ਕਰਨ ਦੇ ਲਈ ਪਹੁੰਚੇ ਹਨ ਬਜਟ 2022 ਤੇ ਵਿਰੋਧੀਆਂ ਦਾ ਹਮਲਾ ਕਿਹਾ ਨੌਕਰੀ ਪੇਸ਼ਾ ਤੇ ਮਿਡਲ ਕਲਾਸ ਦੇ ਨਾਲ ਤੂਖਾ ਵਿੱਤ ਮੰਤਰੀ ਨਿਰਮਲਾ ਸੀਤਾ ਰਮਣ ਵੱਲੋਂ ਮੰਗਲਵਾਰ ਨੂੰ ਸੰਸਦ ਵਿੱਚ ਵਿੱਤ ਸਾਲ 2022 ਤੇ ਲਈ ਕੇਂਦਰੀ ਬਜਟ 2022 ਪੇਸ਼ ਕੀਤਾ ਗਿਆ ਇਸ ਵਿੱਚੋਂ ਕਾਂਗਰਸ ਸਣੇ ਵਿਰੋਧੀ ਪਾਰਟੀਆਂ ਨੇ ਹਮਲੇ ਸ਼ੁਰੂ ਕਰ ਦਿੱਤੇ ਨੇ ਕਈ ਨੇਤਾਵਾਂ ਨੇ ਬਜਟ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਹੈ ਕਿ ਬਜਟ ਵਿੱਚ ਨੌਕਰੀ ਪੇਸ਼ਾ ਮਿਡਲ ਕਲਾਸ ਗਰੀਬ ਨੌਜਵਾਨ ਤੇ ਕਿਸਾਨਾਂ ਲਈ ਕੋਈ ਧਿਆਨ ਨਹੀਂ ਰੱਖਿਆ ਗਿਆ ਉਹਨਾਂ ਨੇ ਕਿਹਾ ਜੀ ਬਜਟ 2022 ਦੀ ਸੱਚਾਈ ਕੁਝ ਨਹੀਂ ਬਜਟ ਗਰੀਬ ਦੀ ਜੇਬ ਖਾਲੀ ਨੌਕਰੀ ਪੇਸ਼ਾ ਦੀ ਜੇਬ ਖਾਲੀ ਮਰਦ ਦਾ ਮੱਦਮ ਵਰਗ ਦੀ ਜੇਬ ਖਾਲੀ ਯੁਵਾ ਦੀ ਅਟੁੱਟ ਆਸ਼ਾ ਕਿਸਾਨ ਦੀ ਜੇਬ ਖਾਲੀ ਉਹਨਾਂ ਨੇ ਕਿਹਾ ਜੀ ਕਿਸੇ ਨੂੰ ਕੱਖ ਨਹੀਂ ਦਿੱਤਾ ਗਿਆ ਬੀਬੀ ਪਰਮਜੀਤ ਕੌਰ ਗੁਲਛਣ ਵੱਲੋਂ ਹਲਕਾ ਜੈਤੋਂ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਪੈਟਰੋਲ ਡੀਜ਼ਲ ਹੋਵੇਗਾ ਮਹਿੰਗਾ 2 ਰੁਪਏ ਟੈਕਸ ਵਧਾਉਣ ਦਾ ਐਲਾਨ ਸਵਾਮ ਆਦਮੀ ਪਾਰ ਆਮ ਆਦਮੀ ਨੂੰ ਮਗਾਈ ਦੇ ਮੋਰਚੇ ਤੇ ਵੱਡਾ ਚੜਕਾ ਲੱਗਾ ਬਜਟ ਚੁਣੌਣ ਬਲੈਂਡਡ ਪੈਟਰੋਲ ਡੀਜ਼ਲ ਤੇ 2 ਰੁਪਏ ਵਾਧੂ ਐਕਸਾਈਜ਼ ਡਿਊਟੀ ਲਾਉਣ ਦਾ ਐਲਾਨ ਕੀਤਾ ਗਿਆ ਜੋ ਐਕਸਾਈਜ਼ ਡਿਊਟੀ ਪੈਟਰੋਲ ਤੇ 27 ਰੁਪਏ 90 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਸੂਲੀ ਜਾਂਦੀ ਸੀ ਉਹ 29 ਰੁਪਏ 90 ਪੈਸੇ ਹੋ ਜਾਵੇਗੀ ਡੀਜ਼ਲ ਤੇ 21 ਰੁਪਏ 80 ਪੈਸੇ ਤੋਂ ਵੱਧ ਕੇ 23 ਰੁਪਏ 80 ਪੈਸੇ ਹੋ ਜਾਵੇਗੀ ਸੋ 1 ਅਕਤੂਬਰ 2022 ਤੋਂ ਇਹ ਟੈਕਸ ਲਾਇਆ ਗਿਆ ਹੈ ਪੰਜਾਬ ਉੱਤਰ ਪ੍ਰਦੇਸ਼ ਗੁਆਹ ਸਣੇ ਪੰਜ ਸੂਬਿਆਂ ਤੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਪੈਟਰੋਲ ਅਤੇ ਡੀਜ਼ਲ ਦੇ ਟਰੇਟਾਂ ਅਜੇ ਨਾ ਵਧਾ ਕੇ ਚੋਣਾਂ ਤੋਂ ਬਾਅਦ ਵਧਾਉਣ ਦਾ ਫੈਸਲਾ ਲਿਆ ਗਿਆ ਜੇਕਰ ਇਸ ਦਾ ਬੋਝ ਆਮ ਆਦਮੀ ਤੇ ਪੈਂਦਾ ਤਾਂ ਉਸ ਨੂੰ ਪੈਟਰੋਲ ਅਤੇ ਢਾਈ ਪੈਟਰੋਲ ਉੱਲੀ ਢਾਈ ਰੁਪਏ ਵਾਧਾ ਚੁਕਾਉਣੇ ਪੈਣਗੇ ਬਜਟ ਦੇ ਵਿੱਚ ਐਮਐਸਪੀ ਨੂੰ ਮਿਲੀ ਵੱਡੀ ਰਾਹਤ ਸੋ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਐਮਐਸਪੀ ਦੇ ਰੂਪ ਨੂੰ ਕਿਸਾਨਾਂ ਨੂੰ ਵੱਡੀ ਰਾਹਤ ਦੁੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਕਟੋਗਟ ਸਮਰਥਨ ਮੁੱਲ ਤਹਿਤ 2.7 ਲੱਖ ਕਰੋੜ ਰੁਪਏ ਦਿੱਤੇ ਜਾਣਗੇ ਕਿਸਾਨ ਲੰਬੇ ਸਮੇਂ ਤੋਂ ਇਸ ਦਾ ਮੁੱਲ ਤੈਅ ਕਰਨ ਦੀ ਮੰਗ ਕਰ ਰਹੇ ਸਨ ਪੰਜਾਬ ਵਿਲੈਕਸ਼ਨ 2022 ਆਲ ਇੰਡੀਆ ਕਾਂਗਰਸ ਬ੍ਰਿਗੇਡ ਦੇ ਅਹੁਦੇਦਾਰ ਅਤੇ ਵਰਕਰ ਆਮ ਆਦਮੀ ਪਾਰਟੀ ਦੇ ਵਿੱਚ ਹੋਏ ਸ਼ਾਮਲਾ ਆਮ ਆਦਮੀ ਪਾਰਟੀ ਪੰਜਾਬ ਦਾ ਕਾਫਲਾ ਦਿਨੋ ਦਿਨ ਵਧਦਾ ਜਾ ਰਿਹਾ ਜੀ ਸੂਬੇ ਦੇ ਵਿੱਚ ਹੋਰ ਨਾ ਪਾਰਟੀਆਂ ਦੇ ਵੱਡੇ ਆਗੂਆਂ ਤੋਂ ਲੈ ਕੇ ਆਮ ਵਰਕਰ ਵੱਡੀ ਗਿਣਤੀ ਵਿੱਚ ਪਾਰਟੀਆਂ ਚ ਸ਼ਾਮਲ ਹੋ ਰਹੇ ਹਨ ਅੱਜ ਆਮ ਆਦਮੀ ਪਾਰਟੀ ਨੂੰ ਹੋਰ ਵੱਡਾ ਬਲ ਮਿਲਿਆ ਜਦੋਂ ਪਟਿਆਲਾ ਤੇ ਮੁਹਾਲੀ ਜ਼ਿਲ੍ਹਿਆਂ ਤੋਂ ਕਾਂਗਰਸ ਪਾਰਟੀ ਦੇ ਵਰਕਰ ਯੂਥ ਆਗੂ ਹਰੀਸ਼ ਸ਼ਰਮਾ ਪ੍ਰਧਾਨ ਨਾਲ ਇੰਡੀਆ ਕਾਂਗਰਸ ਬ੍ਰਿਗੇਡ ਪੰਜਾਬ ਦੀ ਅਗਵਾਈ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨਵਜੋਤ ਸਿੱਧੂ ਨੇ ਕਾਲੀ ਦਲ ਤੇ ਬਿਲਨੇ ਆ ਨਿਸ਼ਾਨਾ ਕੇਜਰੀਵਾਲ ਤੇ ਵੀ ਲਾਏ ਰਗੜੇ ਨਵਜੋਤ ਸਿੱਧੂ ਨੇ ਕਿਹਾ ਜੀ ਕਾਲੀ ਦਲ ਨੇ ਪੰਜਾਬ ਦੇ ਲੋਕਾਂ ਪੱਲੇ ਕੱਖ ਨਹੀਂ ਛੱਡਿਆ ਕੈਪਟਨ ਮਰਿੰਦਰ ਸਿੰਘ ਤੇ ਵੀ ਤਿੱਖਾ ਹਮਲਾ ਕਰਦਿਆ ਕਿ ਕੈਪਟਨ ਸ਼ੁਰੂ ਤੋਂ ਹੀ ਭਾਜਪਾ ਦੇ ਇਸ਼ਾਰਿਆਂ ਤੇ ਨੱਚਦਾ ਸੀ ਸਿੱਧੂ ਨੇ ਕਿਹਾ ਜੀ ਕਾਂਗਰਸ ਦੀ ਸਰਕਾਰ ਆਉਣ ਤੇ ਪੰਜਾਬ ਦਾ ਵਿਕਾਸ ਹਰ ਪੱਕੋ ਕੀਤਾ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਨੇ ਕੇਜਰੀਵਾਲ ਨੂੰ ਵੀ ਰਗੜੇ ਲਾਏ ਚੋਣ ਪ੍ਰਚਾਰ ਮੌਕੇ ਸੁਖਵੀਰ ਬਾਦਲ ਵੱਲੋਂ ਮਨਪ੍ਰੀਤ ਬਾਦਲ ਤੇ ਸਿਆਸੀ ਨਿਸ਼ਾਨੇ ਸੁਖਵੀਰ ਬਾਦਲ ਨੇ ਕਿਹਾ ਜੀ ਬਠਿੰਡਾ ਦੇ ਲੋਕ ਜਾਣਦੇ ਨੇ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਲੋਕਾਂ ਦੇ ਨਾਲ ਕੀਤੇ ਆਪਣੇ ਸਾਰੇ ਵਾਅਦਿਆਂ ਤੋਂ ਭੱਜ ਗਏ ਨੇ ਭਾਵੇਂ ਉਹ ਥਰਮਲ ਪਲਾਂਟ ਨੂੰ ਸਰਜੀਤ ਕਰਨ ਵਾਲਾ ਵਾਅਦਾ ਹੋਵੇ ਜਾਂ ਫਿਰ ਹਲਕੇ ਚੂ ਸੰਨਤ ਲਿਆਉਣ ਦੇ ਆਪਣਾ ਕੋਈ ਵਾਅਦਾ ਉਹਨਾਂ ਨੇ ਪੂਰਾ ਨਹੀਂ ਕੀਤਾ ਬਜਟ ਦੇ ਵਿੱਚ ਸਰਕਾਰ ਨੇ ਕਿਸਾਨਾਂ ਦੇ ਨਾਲ ਕਿਹੜ ਕੱਡੀ ਚੜੂਨੀ ਹਰਿਆਣੇ ਦੇ ਕਿਸਾਨਾਂ ਕੋ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਨੌਕਰੀ ਪੇਸ਼ੇ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਉੱਤੇ ਵੱਡੇ ਸਵਾਲ ਕੀਤੇ ਉਹਨਾਂ ਨੇ ਕਿਹਾ ਜੀ ਵਿੱਤ ਮੰਤਰੀ ਦੇ ਭਾਸ਼ਣ ਤੋਂ ਸਪੱਸ਼ਟ ਹੈ ਕਿ ਕਿਸਾਨ ਅੰਦੋਲਨ ਦੀ ਹਾਰ ਤੋਂ ਬੁਖ ਭੁਖ ਲਈ ਸਰਕਾਰ ਕਿਸਾਨਾਂ ਤੋਂ ਬਦਲਾ ਲੈਣ ਤੇ ਤੁਲੀ ਉਹਨਾਂ ਨੇ ਕਿਹਾ ਜੀ ਵਿੱਤ ਮੰਤਰੀ ਨੇ ਭਾਸ਼ਣ ਦੇ ਵਿੱਚ ਅੰਕੜੇ ਨਹੀਂ ਦਿੱਤੇ ਪਰ ਬਜਟ ਦੇ ਅੰਕੜੇ ਆਉਂਦੇ ਹੀ ਅਸਲੀਅਤ ਸਪਸ਼ਟ ਹੋ ਗਈ ਹੈ ਗੁਰਦਾਸਪੁਰ ਤੋਂ ਭਾਜਪਾ ਨੂੰ ਲੱਗਿਆ ਵੱਡਾ ਝਟਕਾ ਭਾਜਪਾ ਕਾਰਜਕਰਨੀ ਤੇ ਮੈਂਬਰ ਆਪਣੇ ਸਮਰਥਕਾਂ ਸਮੇਤ ਕਾਂਗਰਸ ਦੇ ਵਿੱਚ ਹੋਏ ਨੇ ਸ਼ਾਮਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਵਿੱਚ ਜੋੜ ਤੋੜ ਦਾ ਸਿਲਸਲਾ ਚੱਲਦਾ ਹੈ ਗੁਰਦਾਸਪੁਰ ਵਿੱਚ ਭਾਜਪਾ ਨੂੰ ਇਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪੰਜਾਬ ਭਾਜਪਾ ਕਾਰਜਕਾਰੀ ਤੇ ਮੈਂਬਰ ਰਣਜੀਤ ਸਿੰਘ ਕਾਲੂ ਆਪਣੇ ਸਮਰਥਕਾਂ ਸਮੇਤ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਚ ਭਾਜਪਾ ਨੂੰ ਛੱਡ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਮਜੀਠੀਆਂ ਨੇ ਕਬੂਲੀ ਸਿੱਧੂ ਦੀ ਚੁਣੌਤੀ ਅਮਰitsar ਪੂਰਬੀ ਤੋਂ ਹੀ ਲੜਨ ਦਾ ਐਲਾਨ ਮਜੀਠਾ ਹਲਕੇ ਤੋਂ ਉਹਨਾਂ ਦੀ ਥਾਂ ਤੇ ਉਹਨਾਂ ਦੀ ਪਤਨੀ ਗਨੀਮ ਕੌਰ ਚੋਣ ਲੜਨਗੇ ਇਟਲੀ ਚੋਂ 9 ਸਾਲਾਂ ਦਾ ਨਿੱਕਾ ਸਿੱਖ ਸਰਦਾਰ ਮਾਰ ਰਿਆ ਵੱਡੀਆਂ ਮੱਲਾਂ ਤੋਂ 9 ਸਾਲਾਂ ਦੇ ਇਸ ਵੱਡਾ ਜੋਰ ਉਖਾਉਂਦੇ ਆਪਣੇ ਲੱਕ ਨਾਲ ਰੱਸਾ ਬੰਨ ਕੇ ਕਾਰ ਖਿੱਚਣ ਦਾ ਕਾਰਨਾਮਾ ਕਰ ਵਿਖਾਇਆ ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਚੜਗਾ ਓਐਸਡੀ ਸੰਦੀਪ ਸਿੰਘ ਸਣੀ ਬਰਾੜ ਅਕਾਲੀ ਦਲ ਦੇ ਵਿੱਚ ਸ਼ਾਮਲ ਪੰਜਾਬ ਦੀ ਸੁਰੱਖਿਆ ਨੂੰ ਆਪਣੇ ਨਿੱਜੀ ਸਵਾਰਥਾਂ ਲਈ ਸਮਝੌਤਾ ਕਰਨ ਦੇ ਇੱਛੁਕ ਲੋਕਾਂ ਨੇ ਹੱਥ ਲੋਕਾਂ ਦੇ ਹੱਥਾਂ 'ਚ ਇੱਕ ਅਹਿਮ ਸਰਹੱਦੀ ਸੂਬੇ ਦੀ ਵਾਂਗ ਡੋਰ ਨਹੀਂ ਛੱਡੀ ਜਾ ਸਕਦੀ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨੀ ਫੌਜ ਦੇ ਮੁਖੀ ਦੇ ਦਿਸ਼ਾ-ਨਿਰਦੇਸ਼ਾਂ ਦੀ ਕਮਾਂਡ ਹੇਠਾਂ ਤਕਰੀਬਨ ਹਰ ਰੋਜ਼ ਸਰਹੱਦ ਉੱਤੇ ਭਾਰਤੀ ਫੌਜੀ ਜਵਾਨ ਸ਼ਹੀਦ ਹੋ ਰਹੇ ਹਨ ਨੂੰ ਜਫੀ ਪਾਉਂ ਤੇ ਸਖਤ ਗੁੱਸਾ ਜ਼ਾਹਰ ਕੀਤਾ ਤਾਂ ਕਿਹਾ ਕਿ ਸੂਬੇ ਦੀ ਸ਼ਾਨ ਸ਼ਨ ਇੰਨਾ ਸਵਾਰਥੀ ਲੋਕਾਂ ਦੇ ਹਵਾਲੇ ਨਹੀਂ ਕੀਤਾ ਜਾ ਸਕਦਾ ਜੋ ਸਿਰਫ ਆਪਣੇ ਨਿੱਜੀ ਅਤੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕਰਨ ਤੋਂ ਗੁਰੇਜ਼ ਨਹੀਂ ਕਰਦੇ ਯੂਨੀਅਨ ਬਜਟ 2022 ਵਿਰੋਧੀ ਧਿਰਾਂ ਨੇ ਸਮੂਤੀ ਸਰਕਾਰ ਨੂੰ ਘੇਰਿਆ ਤਨਖਾਹਦਾਰ ਵਰਗ ਤੇ ਮੱਧਮ ਵਰਗ ਨੂੰ ਵੀ ਝਟਕਾ ਤਨਖਾਹਦਾਰ ਅਤੇ ਮੱਧਮ ਵਰਗ ਨਾਲ ਵਿਸ਼ਵਾਸ ਘਾਤ ਤੇ ਸੂਰਜਵਾਲ ਨੇ ਇਹ ਵੀ ਪੁੱਛਿਆ ਕਿ ਸਰਕਾਰ ਨੇ ਕ੍ਰਿਪਟੋ ਕਰੰਸੀ ਤੋਂ ਹੋਮ ਦਾ ਹੋਣ ਵਾਲੀ ਆਮਦਨ ਨੂੰ ਟੈਕਸ ਲਾ ਕੇ ਬਿੱਲ ਲਿਆਏ ਪਰ ਬਿਨਾ ਕ੍ਰਿਪਟੋ ਕਰੰਸੀ ਨੂੰ ਕਾਨੂੰਨੀ ਰੂਪ ਰੂਪ ਦਿੱਤੇ ਉਹਨਾਂ ਨੇ ਕਿਹਾ ਪਰਨੂਲ ਕਾਂਗਰਸ ਦੀ ਮੁਖੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਮਤਾ ਬੈਨਰਜੀ ਨੇ 2022 ਬਜਟ ਨੂੰ ਪੈਕਸਸ ਸਪੱਨ ਬਜਟ ਕਰਾ ਦਿੱਤਾ ਉਹਨਾਂ ਨੇ ਕਿਹਾ ਜਿਸ ਵਿੱਚ ਦੇਸ਼ ਦੇ ਆਮ ਲੋਕਾਂ ਲਈ ਕੁਝ ਵੀ ਨਹੀਂ ਹੈ ਮਮਤਾ ਨੇ ਟਵੀਟ ਕੀਤਾ ਕਿ ਬੇਰੋਜ਼ਗਾਰੀ ਅਤੇ ਮੰਗਾਈ ਨਾਲ ਜੂਜ ਰਹੇ ਆਮ ਲੋਕਾਂ ਲਈ ਬਜਟ ਚ ਕੁਝ ਨਹੀਂ ਵੱਡੀਆਂ ਗੱਲਾਂ ਤੇ ਹਕੀਕਤ ਕੁਝ ਵੀ ਨਹੀਂ ਪੰਜਾਬ ਚ ਆ ਰਹੀ ਹੈ ਮਾਇਆਵਤੀ ਬਦਲ ਦਵਾਂਗੇ ਸਮੀਕਰਨ ਗੜੀ 117 ਸੀਟਾਂ ਦੇ ਵਿੱਚੋਂ 70 ਸੀਟਾਂ ਵਾਲਾ ਮਾਲਵਾ ਇਲਾਕਾ ਕਾਫੀ ਅਹਿਮ ਹੈ ਤੇ ਦਲਿਤ ਆਬਾਦੀ ਵਾਲੇ ਮਾਲਵੇ ਵਿੱਚੋਂ ਕੈਪਟਨ ਨੇ ਪਿਛਲੀ ਵਾਰ ਚੋਣ ਲੜੇ ਸੀ ਤੇ ਇਸ ਵਾਰ ਕੋਈ ਬਹੁਤਾ ਪ੍ਰਮੁੱਖ ਚਿਹਰਾ ਕਾਂਗਰਸ ਕੋਲ ਮਾਲਵੇ ਵਿੱਚ ਨਹੀਂ ਹੈ ਦਰਅਸਲ ਬਸ ਪਾ ਦੇ ਕਾਂਗਰਸ ਦਾ ਦਵਾਬਾ ਮਿਸ਼ਨ ਫੇਲ ਕਰਤਾ ਇਸੇ ਤਰ੍ਹਾਂ ਮਜੀਠੇ ਨੇ ਕਾਂਗਰਸ ਦਾ ਮਾਧਮ ਮਿਸ਼ਨ ਫੇਲ ਕਰ ਦਿੱਤਾ ਤੇ ਹੁਣ ਮਾਲਵੇ ਦੇ ਨਕਲੀ ਮਿਸ਼ਨ ਉੱਤੇ ਦਲਿਤ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਪਦੌੜ ਤੋਂ ਉਤਾਰਿਆ ਗਿਆ ਹੈ ਤੇ ਕਾਂਗਰਸ ਨੇ ਇਸ ਤਰ੍ਹਾਂ ਦਬਾਬਿਆ ਤੇ ਮਾਝੇ ਕਾਂਗਰਸ ਨੂੰ ਧੂੜ ਚਟਾ ਦਿੱਤੀ ਹੈ। ਉਸੇ ਤਰ੍ਹਾਂ ਮਾਲਵੇ ਦੇ ਵਿੱਚ ਬਸਪਾ ਤੇ ਅਕਾਲੀ ਗੱਠ ਜੋੜ ਇਸ ਵਾਰ ਕਾਂਗਰਸ ਨੂੰ ਧੂੜ ਚਟਾ ਕੇ ਭੇਜੇਗਾ ਇਹ ਬਿਆਨ ਜਸਵੀਰ ਸਿੰਘ ਗੜੀ ਹੋਰਾਂ ਨੇ ਦਿੱਤੇ ਨੇ। ਦੋਸਤੋ ਇਹ ਸਨ ਸੂਬੇ ਪੰਜਾਬ ਦੀ ਆਮ ਅਤੇ ਖਾਸ ਖਬਰਾਂ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਧੰਨਵਾਦ।